ਤੁਹਾਡੀ ਮੁਲਾਕਾਤ ਅੱਜ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਦੇ ਉਸ ਮਿੱਤਰ ਨਾਲ ਕਰਵੋਣ ਜਾ ਰਹੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਲੰਬਾ ਸਮਾਂ ਬੀਤ ਕੀਤਾ ਤੁਸੀਂ ਉਹਨਾਂ ਦੇ ਕਲਾਸਮੇਟ ਸੀ ਹਾਂਜੀ ਵੀਰੇ ਅਸੀਂ ਕਲਾਸਮੇਟ ਸੀ ਉਹਨਾਂ ਨੇ ਬੀਏ ਵਿੱਚ ਛੱਡ ਨਹੀਂ ਬੈਗੀ ਉਹਨਾਂ ਵੀਰ ਦਰਾਂ ਨੇ ਭਗੌੜੇ ਹੋਗੇ ਸੀ ਜੀ ਭਾਜੀ ਕਾਲਜ ਦੇ ਵਿੱਚ ਕਿੰਨਾ ਸਮਾਂ ਤੁਸੀਂ ਉਹਨਾਂ ਨਾਲ ਕੱਟਿਆ ਬੀਤ ਕੀਤਾ ਕਈ ਵੀਰੇ 2 ਸਾਲ ਤੇ ਇੱਕੋ ਰੂਮ ਤੇ ਰਹਿਆ। ਉਦੋਂ ਵੀ ਉਹਨਾਂ ਨੇ ਜਿਹੜਾ ਸਿਕਮ ਨੂੰ ਲੈ ਕੇ ਉਹ ਫਿਕਰਮੰਦ ਰਹਿੰਦੇ ਸੀ। ਉਹ ਪਿੰਡ ਦੇ ਉਹਨਾਂ ਦੇ ਦਾ ਕੋਈ ਗਰੰਟੀ ਗਰੰਟੀ ਸੀਗਾ ਉਹ ਗਲਤ ਕਰਤਾਂ ਕਰਦਾ ਸੀਗਾ ਆਪਣਾ ਇਹ ਦੇਖੋ ਜਰਾ ਸਾਹ ਤੇ ਉਹਨੂੰ ਵਾਰਨਿੰਗਾਂ ਦਿੱਤੀਆਂ ਸੀਗੀਆਂ। ਜਾ ਨਹੀਂ ਹਟਿਆ ਤੇ ਫਿਰ ਉਹ ਐ ਵੈਸੇ ਛੇੜ ਦਿੰਦਾ ਹੁੰਦਾ ਸੀ ਵੀ ਤਾਂ ਕੀ ਕਰਨਾ ਤੁਸੀਂ ਵੀ ਕੋਈ ਕਰੋ ਤੇ ਸਾਰੇ ਸੰਗ ਜੀ ਹੁੰਦੇ ਜਾਂਦੇ ਆ ਤੇ ਕਹਿੰਦਾ ਸੀ ਕਦੇ ਤੈਨੂੰ ਦਿਖਾਵਾਂਗੀ ਕਰਕੇ ਪਰ ਵੰਸਿੰਗ ਰਾਜਵਾਨਾ ਦੁਆਰਾ ਜਦੋਂ ਇਹ ਧਿਆਨ ਦਿੱਤਾ ਗਿਆ ਕਿ ਮੇਰਾ ਜੋ ਇਹਨਾਂ ਦੁਆਰਾ ਮੋਰਚਾ ਲਗਾਇਆ ਗਿਆ ਉਸ ਨਾਲ ਮੇਰਾ ਕੋਈ ਵੀ ਲੈਣਾ ਦੇਣਾ ਨਹੀਂ ਮੈਂ ਸ਼ੁਰੂਆਨੀ ਅਗਲੀ ਦਲ ਦੇ ਲਾਨ ਵਾਲ ਆਪਣੇ ਘਟਾ ਕੇ ਭੇਜਦੇ ਹੀ ਹਾਲੇ ਵਿੱਚ ਆਪਣੀ ਸਿੱਧੀ ਸਾਹਮ ਲਾ ਗਏ ਨੇ ਇਹ ਹੋਏ ਵੀ ਜਿਹੇ ਜ਼ਾਰ ਕਿਉਂ ਬਣਾਤਾ ਜਾਂ ਦੂਜੀਆਂ ਤਜਿਆਂ ਵੀ ਕਿਉਂ ਐਦੀ ਇਨਜਾਦੀ ਪਤਾ ਕੀ ਕੋਈ ਜ਼ਿਕਦਾਰ ਨੇ ਗੋਆਇਆ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਸੋ ਸੀਗਲ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਹੋ ਤੁਸੀਂ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਚੰਡੀਗੜ੍ਹ ਵਿਖੇ ਪਿਛਲੇ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਜਿਸ ਤੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਅਣਗੇ ਸ਼ਮੂਲੀਅਤ ਕੀਤੀ ਗਈ ਹੈ ਤੁਹਾਡੀ ਮੁਲਾਕਾਤ ਅੱਜ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਦੇ ਉਸ ਮਿੱਤਰ ਨਾਲ ਕਰਵਾਉਣ ਜਾ ਰਹੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਲੰਬਾ ਸਮਾਂ ਬទਿਤ ਕੀਤਾ ਦੱਸ ਦਈਏ ਕਿ ਇਨ੍ਹਾਂ ਵੱਲੋਂ ਉਹਨਾਂ ਦੇ ਨਾਲ ਕੌਲੇ ਦੇ ਵਿੱਚ ਇਕੱਠਾ ਸਮਾਬਧੀਤ ਕੀਤਾ ਗਿਆ ਸੋ ਸਾਡੇ ਨਾਲ ਉਹ ਭਾਈ ਸਾਹਿਬ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਜੀ ਪੰਜਾਬੀ ਨੈਸ਼ਨਲ ਟੀਵੀ ਦੇ ਵਿੱਚ ਸਵਾਗਤ ਹੈ ਜੀ ਮਿਹਰਬਾਨੀ ਜੀ ਬਹੁਤ ਤੁਹਾਡਾ ਸਾਡੇ ਘਰ ਆਉਣ ਤੇ ਬਹੁਤ ਜੀ ਆਇਆਂ ਨੂੰ ਤੁਹਾਨੂੰ ਕਹਿੰਨੇ ਆ ਜੀ ਅਸੀਂ ਤਾਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਵੈਸੇ ਮੈਨੂੰ ਬਿੱਲਾ ਕਹਿੰਦੇ ਆ ਜੀ ਸਾਰੇ ਪਿੰਡ 'ਚ ਤੇ ਵਾਲੀਬਾਲ ਖੇਡ ਜਿੱਥੇ ਮੈਨੂੰ ਬਿੱਲਾ ਹੀ ਕਿਹਾ ਜਾਂਦਾ ਜੀ ਤਾਂ ਭਾਈ ਸਾਹਿਬ ਕਿਸ ਤਰ੍ਹਾਂ ਕਿਹੜੇ ਕਾਲਜ ਤੁਸੀਂ ਤਾਂ ਭਾਈ ਸਾਹਿਬ ਪੜ੍ਹਦੇ ਸੀ ਕਿਸ ਤਰ੍ਹਾਂ ਤੁਹਾਡਾ ਯਰਾਨਾ ਪਿਆ ਵੀਰੇ ਭਾਈ ਸਾਹਿਬ ਫਰੀਦਕੋਟ ਬਰਜਿੰਦਰਾ ਕਾਲਜ ਫਰੀ ਉਹਥੇ ਪੜ੍ਹਦੇ ਸੀ ਸਪੋਰਟਸ ਬੈਂਕ ਚ ਤੇ ਮੈਂ ਜਦੋਂ ਉੱਥੇ ਗਿਆ ਮੇਰਾ ਦਾਖਲਾ ਆਇਆ ਉਸ ਦਰਾਂ ਹੌਸਟਲ ਚ ਰਹਿੰਦਿਆਂ ਰਹਿੰਦਿਆਂ ਸਾਡਾ ਪ੍ਰੇਮ ਬਣ ਗਿਆ ਜੀ ਹਾਂਜੀ ਤਾਂ ਫੇਤੀ ਕਿਸ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਤੇ ਉਹਨਾਂ ਦੇ ਵਿਚਕਾਰ ਹੁੰਦੀਆਂ ਸੀ ਉਦੋਂ ਵੀ ਉਹਨਾਂ ਨੇ ਜਿਹੜਾ ਸਿੱਖ ਕੌਮ ਨੂੰ ਲੈ ਕੇ ਉਹ ਫਿਕਰਮੰਦ ਰਹਿੰਦੇ ਸੀ ਹਾਂਜੀ ਭਾਜੀ ਸੇਖ ਕੌਮ ਨੂੰ ਲੈ ਕੇ ਫਿਕਰਮੰਦ ਸਦਾ ਹੀ ਰਹਿੰਦੇ ਸੀ ਉਹਨਾਂ ਨੇ ਨਾ ਜਿਸ ਟਾਈਮ ਆਪਣਾ ਅਜੇ ਲਹਿਰ ਚ ਸ਼ਾਮਲ ਨਹੀਂ ਹੋਏ ਉਸ ਤੋਂ ਪਹਿਲਾਂ ਵੀ ਉਹ ਪਿੰਡ ਦੇ ਉਹਨਾਂ ਦੇ ਦਾ ਕੋਈ ਗਰੰਟੀ ਗਰੰਥੀ ਸੀਗਾ ਉਹ ਗਲਤ ਅਰਤਾਂ ਕਰਦਾ ਸੀਗਾ ਆਪਣਾ ਇਹਦੇ ਗੁਰਦਾਰਾ ਸਾਹਿਬ ਵੀ ਤੇ ਉਹਨੂੰ ਵਾਰਨਿੰਗਾਂ ਦਿੱਤੀਆਂ ਸੀਗੀਆਂ ਜਦ ਨਹੀਂ ਹਟਿਆ ਤੇ ਫਿਰ ਉਹਨੂੰ ਆਪਣਾ ਸੋਧ ਦਿੱਤਾ ਸੀ ਬਾਬਾ ਜੀ ਨੇ ਉਦੋਂ ਹੀ ਤੇ ਇਸ ਤਰ੍ਹਾਂ ਉਹਨਾਂ ਦਾ ਕੌਮ ਦੇ ਪਿਆਰ ਦਾ ਪਤਾ ਲੱਗਦਾ ਵੀ ਉਹ ਛੋਟੀ ਜੀ ਉਮਰ ਦੇ ਵਿੱਚ ਹੀ ਉਹਨਾਂ ਨੇ ਇਹ ਕਾਰਨਾਮਾ ਕਰਤਾ ਸੀਗਾ ਜੋ ਉਸ ਸਮੇਂ ਬੱਚਾ ਸੋਚ ਵੀ ਨਹੀਂ ਸਕਦਾ ਉਸ ਉਮਰ ਦਾ ਬੱਚਾ ਹੈ ਨਾ ਜੀ ਬਾਕੀ ਇਸ ਤੇ ਤਰ੍ਹਾਂ ਹੀਆਂ ਗੇਮ ਗੇਮ ਦੀਆਂ ਗੱਲਾਂ ਚੱਲ ਲੀਆਂ ਕੌਮ ਦੀਆਂ ਗੱਲਾਂ ਚੱਲ ਪੀਆਂ ਇਹੋ ਜਿਹੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਸੀ 31 ਅਗਸਤ 1995 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਬੈਂਤ ਸਿੰਘ ਨੂੰ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ ਜਦੋਂ ਇਹ ਪਲੈਨਿੰਗ ਬੰਦੀ ਆ ਉਸ ਬਾਰੇ ਤੁਹਾਡੇ ਨਾਲ ਕਦੀ ਕੋਈ ਗੱਲ ਵੰਡੀ ਗਈ ਸੀ ਉਹਨਾਂ ਦੁਆਰਾ ਨਹੀਂ ਨਹੀਂ ਮੇਰੇ ਇਹੋ ਜੀਆਂ ਗੱਲਾਂ ਉਹ ਸਾਡੇ ਆਮ ਬੰਦਿਆਂ ਨਾਲ ਕਿੱਥੇ ਕਰਦੇ ਸੀਗਾ ਜੀ ਉਹ ਜਣੀ ਬਹੁਤ ਬੰਦਾ ਆਪਣਾ ਦਿਮਾਗੀ ਸੀਗਾ ਉਹਨੂੰ ਇਹ ਸੀਗਾ ਵੀ ਮੈਂ ਚੱਕਵਾਂ ਸੀਗਾ ਥੋੜਾ ਜਿਹਾ ਕਿਸੇ ਵੇਲੇ ਮੈਂ ਤੇ ਕੀ ਕਹਿੰਦੇ ਹੁੰਦੇ ਵੀ ਪਤਾ ਨਹੀਂ ਕਿਹੇ ਰੇਖੇ ਵਾਲੇ ਨਾਲ ਔਕਾਬਾ ਮੇਰੇ ਨਾਲ ਰਾਜ ਦੀ ਗੱਲ ਨਹੀਂ ਕਰਦੇ ਹੁੰਦੇ ਜ਼ਿਆਦਾ ਹਾਂ ਮੈਨੂੰ ਨਹੀਂ ਸੀ ਇਸ ਬਾਰੇ ਕੋਈ ਪਤਾ ਜੀ ਪਈ ਸਭ ਜੀਰੋ ਤੁਹਾਨੂੰ ਪਹਿਲੀ ਵਾਰ ਪਤਾ ਲੱਗਦਾ ਆ ਕਿ ਉਹਨਾਂ ਦੁਆਰਾ ਇਹ ਕਦਮ ਚੁੱਕਿਆ ਗਿਆ ਆ ਔਰ ਉਹਨਾਂ ਦਾ ਨਾਮ ਇਸ ਕਤਲ ਦੇ ਵਿੱਚ ਵੀ ਲਿਆ ਗਿਆ ਮੁੱਖ ਦੋਸ਼ੀਆਂ ਦੇ ਵਿੱਚ ਉਹਨਾਂ ਦਾ ਨਾਮ ਸੀ ਤਾਂ ਉਦੋਂ ਤੁਹਾਡੇ ਜ਼ਿਹਨ ਦੇ ਵਿੱਚ ਕੀ ਆਇਆ ਕਿ ਇਸ ਨੂੰ ਲੈ ਕੇ ਕਦੀ ਚਰਚਾ ਕੀਤੀ ਗਈ ਸੀ ਕਿ ਇਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਤਾਂ ਹੋ ਸਕਦਾ ਹੈ ਕਿ ਮੈਂ ਕੋਈ ਇਸ ਤਰ੍ਹਾਂ ਦੀ ਵਾਰਦਾਤ ਦਾ ਇਨਜਾਮ ਦਵਾਂ ਹਾਂ ਵੀਰੇ ਜਦੋਂ ਇਸ ਕੰਮ ਵਿੱਚ ਦਾਖਲ ਹੋਇਆ ਸੀ ਮੇਰੀ ਇੱਕ ਅਧੀ ਰਹੀ ਮੁਲਾਕਾਤ ਹੋਈ ਆ ਜਾਨੀ ਇੱਥੇ ਗਾਂਧੀ ਗਰਾਊਂਡ ਆ ਮਰਸਾ ਰਹੀ ਤੇ ਮੈਂ ਵੈਸੇੇ ਛੇਡ ਦਿੰਦਾ ਹਾਂ ਦਾ ਹੀ ਵੀ ਤਾਂ ਕੀ ਕਰਨਾ ਤੁਸੀਂ ਵੀ ਕੋਈ ਕਰੋ ਤੇ ਸਾਰੇ ਸਿੰਘ ਸ਼ਹੀਦ ਹੁੰਦੇ ਜਾਂਦੇ ਆ ਤੇ ਕਹਿੰਦਾ ਸੀ ਕਦੇ ਕੋਈ ਤੈਨੂੰ ਦਿਖਾਵਾਂਗੇ ਕਰਕੇ ਤੇ ਸਾਨੂੰ ਪਤਾ ਹੀ ਸੀਗਾ ਇਹ ਕੋਈ ਚੰਗੀ ਕਟਨਾ ਅੰਜਾਮ ਦੇਊਗਾ ਉਸ ਤੋਂ ਉਮੀਦ ਸੀ ਵੀ ਉਹ ਬਦਲਾ ਲਊ ਕਿਸੇ ਚੰਗੇ ਨੂੰ ਸੋਧ ਕੇ ਐਵੇਂ ਮਰਨ ਵਾਲਾ ਨਹੀਂ ਆ ਉਹ ਜੀ ਪਈ ਸਾਹਿਬ ਕਿਹਾ ਜਾਂਦਾ ਹੈ ਕਿ ਉਹ ਆਪਣੇ ਕਾਲਜ ਦੇ ਵਿੱਚ ਹਾਕੀ ਦੇ ਵੱਡੇ ਖਿਡਾਰੀ ਸੀ ਤਾਂ ਆਪਣਾ ਤੁਸੀਂ ਵੀ ਹਾਕੀ ਖੇਡਦੇ ਸੀ ਜਾਂ ਹੋਰ ਕੋਈ ਗੇਮ ਕਰਦੇ ਸੀ ਨਾ ਨਾ ਵੀਰੇ ਹਾਕੀ ਦਾ ਤਾਂ ਕੋਈ ਲਿੰਕ ਹੀ ਨਹੀਂ ਆ ਸਾਡੇ ਨਾਲ ਸਾਡੀ ਗੇਮ ਵਾਲੀਬਾਲ ਸੀ ਮੇਰੀ ਤੇ ਭਾਈ ਸਾਹਿਬ ਦੀ ਦੋਵਾਂ ਦੀ ਤੇ ਹਾਕੀ ਵੈਸੇ ਤੇ ਚਰਚਾਵਾਂ ਦੇ ਚਲਦੀਆਂ ਗਈਆਂ ਨੇ ਕਿ ਉਹ ਜਿਹੜੇ ਹਾਕੀ ਦੇ ਪਲੇਅਰ ਸੀ ਉਹ ਵੀਰੇ ਤੁੱਕੇ ਤੱਕੇ ਲਾ ਕੇ ਬਣਾ ਦਿੰਦੇ ਆ ਆਪਣੀ ਵੀਡੀਓ ਜੇ ਪੱਕਾ ਪਤਾ ਦੇ ਕਰਦਾ ਕਰਦੇ ਨਹੀਂ ਆ ਵੱਜਾ ਦੇ ਕਾਲਜ ਦੇ ਵਿੱਚ ਜਾ ਕੇ ਵੇਖ ਲੋ ਤੇ ਸਰਟੀਫਿਕੇਟ ਵੀ ਨੇ ਸਭ ਕੁਝ ਆਹਾ ਕਿਦਾ ਕੋਈ ਲੱਲਾ ਖਖਾ ਹੀ ਨਹੀਂ ਉਹਦੇ ਨਾਲ ਜੀ ਹਾਂਜੀ ਤਾਂ ਭਾਜੀ ਕਾਲਜ ਦੇ ਵਿੱਚ ਕਿੰਨਾ ਸਮਾਂ ਤੁਸੀਂ ਉਹਨਾਂ ਨਾਲ ਇਕੱਠੇ ਬទਿਤ ਕੀਤਾ ਐਂ ਵੀਰੇ 2 ਸਾਲ ਤੇ ਇੱਕੋ ਰੂਮ ਚ ਰਹੇ ਆ ਤੇ ਬਾਕੀ 2 ਸਾਲ ਹੀ ਰਹੇ ਆ ਜੀ ਹਾਂ ਤਾਂ ਪੈਸਾ ਜਿਸ ਤਰ੍ਹਾਂ ਮੈਂ ਦੇਖ ਰਿਹਾ ਕਿ ਤੁਸੀਂ ਕੇਸ ਨਹੀਂ ਰੱਖੇ ਹੋਏ ਤੇ ਉਦੋਂ ਫਿਰ ਇਹ ਗੱਲ ਨਹੀਂ ਸੀ ਹੁੰਦੀ ਦੀ ਤੁਹਾਨੂੰ ਕਹਿੰਦੇ ਨਹੀਂ ਸੀ ਕਿ ਤੂੰ ਵੀ ਕੇਸ ਗੁਰੂ ਦਾ ਸਿੰਘ ਬਣ ਨੇ ਵੀਰੇ ਕੇਸ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣਾ ਮੈਂ ਨਾ ਖੇਡਦਾ ਸੀਗਾ ਤੇ ਵਾਲ ਨੰਗੇ ਹੋਣ ਕਰਕੇ ਨਾ ਸਾਡੀ ਗਰਾਊਂਡ ਕੱਚੀ ਹੁੰਦੀ ਵਾਲੀਬਾਲ ਦੀ ਉਹ ਮੈਂ ਹੱਥ ਲਾ ਹੁੰਦਾ ਸੀ ਐ ਕਰਕੇ ਰੋਜ਼ ਤੇ ਕੇਸਾ ਮੇਰੇ ਰੋਜ਼ ਹੀ ਨਾਉਣ ਵਾਲੇ ਹੋ ਜਾਂਦੇ ਸੀ ਤੇ ਮੈਂ ਸਿਆਲ ਹਾੜ ਹੋਵੇ ਸਿਆਲ ਹੋਵੇ ਨਾ ਆ ਕੇ ਸੌਣਾ ਤੇ ਉਹ ਇੱਕ ਪੱਗ ਬਨ ਕੇ ਸਾਰਿਆਂ ਨੇ ਬਾਜ਼ਾਰਾਂ ਨੂੰ ਚੱਲ ਜਾਣਾ ਤੇ ਮੈਂ ਕੱਲੇ ਨੇ ਕਮਰੇ ਚ ਬੈਠੇ ਰਹਿਣਾ ਤੇ ਮੇਰੇ ਭਰਾ ਨੇ ਤੇ ਇਹਨਾਂ ਸ਼ਰਾਰਤ ਨਾਲ ਉਦੋਂ ਫੜ ਕੇ ਬਾਗੇ ਕੁਰਸੀ ਤੇ ਮੇਰੇ ਵਾਲ ਜਿਹੜੇ ਕਟਾਤੇ ਸੀ ਤੇ ਮੈਂ ਨਾ ਇਹੋ ਹੀ ਦਿਲ ਤੇ ਸੋਚਿਆ ਸੀ ਵੀ ਜੇ ਉਹਨੇ ਕਟਾਏ ਆ ਤੇ ਉਹੋ ਹੀ ਰਖਾਊਗਾ ਤੇ ਹੁਣ ਉਹਨਾਂ ਨੇ ਕਿਹਾ ਤੇ ਹੁਣ ਮੈਂ ਵਾਲ ਰੱਖ ਲਿਆ ਵੀਰ ਜੀ ਹਾਂਜੀ ਹੁਣ ਵਾਲ ਪੂਰੀ ਮਹਾਰਾਜ ਦੀ ਕਿਰਪਾ ਰਹੀ ਵੀਰ ਨੇ ਜੋਕ ਮੋਇਆ ਆਪਾਂ ਆਪਾਂ ਉਹਨਾਂ ਨੇ ਕਿਹਾ ਤੇ ਆਪਾਂ ਵਾਲ ਰੱਖ ਲਿਆ ਜੀ ਅੱਛਾ ਇੱਕ ਕਦੋਂ ਕੋ ਗਿਆ ਭਾਈ ਸਾਹਮਣੇ ਕੀ ਤੁਸੀਂ ਵੀ ਜਿਹੜਾ ਆ ਉਹ ਸਿੰਘ ਸਜੂ ਇਹ ਵੀਰੇ ਇਹ ਕੀ ਇਹਨੂੰ ਕਹਿੰਦੇ ਆ ਜਿਸ ਦਿਨ ਮੁਲਾਕਾਤ ਵੈਸੇ ਵੀ ਪਹਿਲਾਂ ਇੱਕ ਅੱਧੀ ਰੀ ਗੱਲ ਹੋਈ ਆ ਤੇ ਇੱਕ ਮੁਲਾਕਾਤ ਚ ਉਸ ਦਿਨ ਜਿਸ ਦਿਨ ਗਏ ਸੀ ਉਸ ਦਿਨ ਉਹਨਾਂ ਨੇ ਕਿਹਾ ਵੀ ਆਪਾਂ ਵੀ ਹੁਣ ਸਿੰਘ ਸੱਜ ਆਪਣੀ ਸਿਹਤ ਬਣਾ ਵਧੀਆ ਬਣਾ ਤੇ ਇਹ ਆਪਣਾ ਵੀ ਹੁਣ ਪੂਰਨ ਸਿੰਘ ਸੱਜ ਤੇ ਮੈਂ ਕਿਹਾ ਸਿਰ ਮੱਥੇ ਬਾਬਾ ਜੀ ਹੋਰ ਮੈਂ ਕਹਿਣਾ ਸੀ ਹਾਂਜੀ ਹੁਣ ਤਿਆਰੀ ਆ ਜੀ ਪੂਰੀ ਤਾਂ ਬਾਜੀ ਜਦੋਂ ਤੁਸੀਂ ਮੁਲਾਕਾਤ ਪਹੁੰਚ ਜਾਂਦੇ ਕਿਵੇਂੀਆਂ ਲੀਆਂ ਗੱਲਾਂ ਹੁੰਦੀਆਂ ਕੀ ਕਹਿੰਦੇ ਨੇ ਜਿਸ ਤਰ੍ਹਾਂ ਮੋਰਚਾ ਵੀ ਚੱਲ ਰਿਹਾ ਮੋਰਚੇ ਨੂੰ ਲੈ ਕੇ ਵੀ ਗੱਲਬਾਤ ਹੁੰਦੀ ਹੈ ਹਾਂਜੀ ਹਾਂਜੀ ਵੀਰੇ ਮੋਰਚੇ ਬ੍ਰਤੀ ਹੁੰਦੀਆਂ ਆਂ ਵੀ ਜਾਣੀ ਇਹ ਮੋਰਚੇ 'ਚ ਇਹੋ ਕਹਿੰਦੇ ਆਂ ਵੀ ਕੋਈ ਉੱਥੇ ਗੜਬੜ ਨਾ ਹੋਵੇ ਕੋਈ ਹਿੰਸਾ ਨਾ ਹੋਵੇ ਯੋਜਨਾਬੱਧ ਤਰੀਕੇ ਨਾਲ ਚਲਾਓ ਕੋਈ ਲੋਕਾਂ ਨੂੰ ਆਮ ਨਾ ਕੋਈ ਜਨਤਾ ਨੂੰ ਕੋਈ ਤਕਲੀਫ ਨਹੀਂ ਤੁਹਾਡੇ ਤੋਂ ਹੋਣੀ ਚਾਹੀਦੀ ਤੇ ਬਾਕੀ ਇਹੋ ਕਹਿੰਦੇ ਆਂ ਵੀ ਧਿਆਨ ਰੱਖ ਸਾਰੇ ਦੇ ਤੂੰ ਪੀ ਜਣੀਆ ਤੈਨੂੰ ਕੋਈ ਅੱਗੇ ਜਣੀ ਆਉਣ ਦੀ ਕੋਈ ਤੂੰ ਨਿਆ ਤੈਨੂੰ ਨਾ ਕੋਈ ਕਹਿ ਵੀ ਆਪਣਾ ਭਰਾ ਹੀ ਅੱਗੇ ਲਾਇਆ ਸਰ ਤਾਂ ਕੋਈ ਗੱਲ ਨਹੀਂ ਤੂੰ ਵਿਚੇ ਰਹਿ ਬਾਕੀ ਜਿਹੜੇ ਲੀਡ ਕਰਦੇ ਕਰਨ ਦੇ ਕੋਈ ਇਹ ਨਾ ਆ ਕੇ ਵੀ ਆਪਣਾ ਭਰਾ ਅੱਗੇ ਲਾਇਆ ਹਾਂਜੀ ਤਾਂ ਜੇਕਰ ਗੱਲ ਭਾਈ ਸਾਹਿਬ ਦੀ এডੂਕੇਸ਼ਨ ਦੀ ਕੀਤੀ ਜਾਵੇ ਤਾਂ ਕਿੱਥੋਂ ਤੱਕ ਉਹਨਾਂ ਨੇ এডੂਕੇਸ਼ਨ ਪ੍ਰਾਪਤ ਕੀਤੀ ਔਰ ਤੁਸੀਂ ਉਹਨਾਂ ਦੇ ਕਲਾਸਮੇਟ ਸੀ ਹਾਂਜੀ ਵੀਰੇ ਅਸੀਂ ਕਲਾਸ ਮੇਟ ਸੀ ਉਹਨਾਂ ਨੇ ਬੀਏ ਵਿੱਚ ਛੱਡਣੀ ਪੈ ਗਈ ਉਹਨਾਂ ਨੂੰ ਬੀਏ ਦਰਾਂ ਨਹੀਂ ਪਘੋੜੇ ਹੋ ਗਏ ਸੀਗੇ ਤੇ ਬਾਕੀ ਬੀਏ ਸੈਕੰਡ ਇਅਰ ਚ ਪਘੋੜੇ ਹੋਏ ਜੀ ਵੀਰੇ ਉਹ ਅੱਛਾ ਜੀ ਹਾਂਜੀ ਤਾਂ ਜੇਕਰ ਉਹਨਾਂ ਦੇ ਘਰ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਫਿਰ ਉਸ ਤੋਂ ਬਾਅਦ ਉਹਨਾਂ ਦੇ ਘਰ ਜਾਂਦੇ ਰਹੇ ਉਹਨਾਂ ਦੇ ਮਾਤਾ ਪਿਤਾ ਨਾਲ ਲੀਆਂ ਉਹਨਾਂ ਦੇ ਭੈਣ ਭਰਾਵਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਰਹੀ ਹੈ ਜੀ ਭਾਜੀ ਮੈਂ ਗਿਆ ਥੋੜਾ ਥੋੜੇ ਵਾਰ ਹੀ ਗਿਆ ਵਾਂ ਇੱਕ ਤੇ ਪਿੰਡ ਦੇ ਲੋਕ ਸੀਗੇ ਉੱਥੇ ਟਾਊਟ ਵੀ ਸੀ ਇੱਕ ਇੱਕ ਦੋ ਵਾਰ ਆ ਗਏ ਹਾਂ ਮੈਂ ਪੁਲਿਸ ਨੂੰ ਸੱਦ ਲੈਂਦਾ ਹੀ ਬਾਕੀ ਮਾਤਾ ਜੀ ਨਾਲ ਮਿਲਦਾ ਰਹੀਨਾ ਭਰਾ ਨਾਲ ਹੁਣ ਵੀ ਇਹ ਗੱਲ ਹੁੰਦੀ ਆ ਉੱਥੇ ਆ ਆਪਣਾ ਅਮਰੀਕਾ ਤੇ ਮਾਤਾ ਤੇ ਹੁਣ ਬਹੁਤ ਬਿਰਧ ਅਵਸਥਾ 'ਚ ਨੇ ਡੈਡੀ ਉਹਨਾਂ ਦੀ ਡੈਥ ਹੋ ਗਈ ਸੀ ਮਾਤਾ ਜੀ ਤੇ ਹੁਣ ਬਹੁਤ ਹੀ ਬਿਰਧ ਅਵਸਥਾ ਦੇ ਯਾਨੀ ਜੋ ਉਹਨਾਂ ਦੇ ਚਿਹਰੇ ਦਾ ਨੂਰ ਹੁੰਦਾ ਸੀ ਜਿੰਨੇ ਕਾਮੇ ਹੁੰਦੇ ਸੀ ਅੱਜ ਪਤਾ ਕੀ ਕੁਝ ਜਿਗਤਾਰ ਨੇ ਗਵਾਇਆ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਇਥੇ ਉਹ ਮਾਤਰੀ ਸੇਤ ਅਜੇ ਉਹਨੇ ਹੋਰ 20 ਸਾਲ ਅਜੇ ਬੁੱਢੇ ਨਹੀਂ ਹੋਣਾ ਜੋ ਅੱਜ ਕਦੀ ਮੰਜੇ ਤੋਂ ਇੱਧਰ ਡਿੱਗ ਪੈਂਦੇ ਬੈਠੇ ਕਦੀ ਇੱਥੇ ਬਾਕੀ ਘਰੋਂ ਦੇ ਵੀਰੇ ਆ ਸਾਉਂਡ ਸੀ ਸਦਾਈ ਉਹਨਾਂ ਟਾਈਮਾਂ 'ਚ ਜਦੋਂ ਬੰਦਿਆਂ ਕੋ ਸਾਈਕਲ ਨਹੀਂ ਸੀ ਉਦੋਂ ਉਹਨੇ ਰੈੱਡ ਕਲਰ ਦਾ ਬੁਲੇਟ ਰੱਖਿਆ ਹੁੰਦਾ ਸੀ ਫੋਰ ਟਰੈਕਟਰ ਉਹਨਾਂ ਵੀਕਲੇ ਪਹਿਲੀ ਕਿਹੜੀ ਚੀਜ਼ ਦੀ ਘਾਟ ਸੀ ਉਹਨੂੰ ਉਹਨਾਂ ਟਾਈਮਾਂ 'ਚ ਪੂਰੇ ਜਣੀ ਉਹ ਵਧੀਆ ਗੱਾਰ ਸੀ ਉਹਨਾਂ ਦਾ ਹਾਂ ਕੋਈ ਆਮ ਨਹੀਂ ਸੀਗੇ ਬਲਵੰਤ ਸਿੰਘ ਰਾਜਵਾਨਾ ਦੁਆਰਾ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਗਿਆ ਹੈ ਕਿ ਮੇਰਾ ਜੋ ਇਹਨਾਂ ਦੁਆਰਾ ਮੋਰਚਾ ਲਗਾਇਆ ਗਿਆ ਉਸ ਨਾਲ ਮੇਰਾ ਕੋਈ ਵੀ ਲੈਣਾ ਦੇਣਾ ਨਹੀਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ। ਵੀਰ ਜੀ ਉਹਦੇ ਬਿਆਨਾਂ ਦੀ ਆਪਾਂ ਕੀ ਗੱਲ ਕਰੀਏ ਉਹਨਾਂ ਦਾ ਥੋੜਾ ਭਾਈ ਸਾਹਿਬ ਦਾ ਸੁਭਾ ਜਿਹੜਾ ਵਾ ਉਹ ਇੱਕ ਕੀ ਸੈਂਸੀਅਰ ਨਹੀਂ ਗਏ ਉਹ ਜੋ ਮੂੰਚ ਆਇਆ ਉਹਨਾਂ ਨੇ ਬੋਲ ਦੇਣਾ ਉਹਨਾਂ ਨੂੰ ਪਤਾ ਹੀ ਨਹੀਂ ਆ ਇੱਕ ਅਕਾਲੀ ਦਲ ਵਾਲਿਆਂ ਦੇ ਹੱਥਾਂ ਦੇ ਚੜੇ ਉਹ ਬਾਦਲ ਹੁਣਾਂ ਦੇ ਜਿਨ੍ਹਾਂ ਨੇ ਕਾਣ ਕਰਾਇਆ ਕੌਮ ਦਾ। ਠੀਕ ਆ ਜੀ ਤੇ ਰਾਜਵਾਨਾ ਸਾਹਿਬ ਦੂ ਆਪਾਂ ਨੂੰ ਗੰਭੀਰ ਨਹੀਂ ਲੈਣਾ ਚਾਹੀਦਾ ਅਸੀਂ ਬਾਕੀ ਉਹਨਾਂ ਦੀ ਅਸੀਂ ਜਿਹੜੀ ਕੁਰਬਾਨੀਆਂ ਨੂੰ ਸਲਾਮ ਕਰਦੇ ਹਾਂ ਸਦਾ ਪਰ ਕੋਈ ਉਹਨਾਂ ਦੇ ਉਹਨਾਂ ਦਾ ਜਿਹੜਾ ਸੁਭਾਅ ਹੀ ਹੋਰ ਤਰ੍ਹਾਂ ਦਾ ਜੀ ਕੋਈ ਹਾਂਜੀ ਇੱਕ ਰੀ ਤੁਸੀਂ ਦੱਸ ਰਹੀ ਸੀ ਜਦੋਂ ਅਸੀਂ ਤੁਹਾਡੇ ਕੋਲ ਤੁਹਾਡੇ ਘਰ ਪਹੁੰਚੇ ਹਾਂ ਕਿ ਇਹਨਾਂ ਨੇ ਕੋਈ ਭਾਈ ਸਾਹਿਬ ਨੂੰ ਕੁਝ ਭੇਜਤਾ ਸੀ ਉਹ ਕੀ ਗੱਲਬਾਤ ਸੀ भेजना ਕੀ ਹੈ ਜੀ ਵਾਲ ਆਪਣੇ ਕਟਾ ਕੇ ਭੇਜਤੇ ਹੀ ਹਾਲ ਹੈ ਆਪਣੀ ਸਿੱਖੀ ਸਾਂਭ ਲਾ ਕਹਿੰਦੇ ਤੇ ਸਿਰ ਦੇ ਵਾਲ ਕਟਾ ਕੇ ਭੇਜਤੇ ਇਹੋ ਵੀ ਜੇਹੇਦਾਰ ਕਿਉਂ ਬਣਾਤਾ ਜਾਂ ਦੂਜੀਆਂ ਤੇ ਜਿਹਾਂ ਵੀਤ ਕਿਉਂ ਹੈ ਦੀ ਇੰਨੀ ਜਾਰੀ ਤੇ ਬਸ ਇੱਕ ਖੁੰਦਕ ਚਾਂਣ ਕੇ ਸਾਢੇ ਚਾਂਣ ਕੇ ਆਪਣਾ ਜਣੀ ਇਹ ਕਾਰਾ ਕੀਤਾ ਉਹਨਾਂ ਨੇ 5 ਨਵੰਬਰ 2015 ਨੂੰ ਸਰਬਤ ਖਾਲਸਾ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਉਹਨਾਂ ਨੇ ਇਕ ਵੱਡਾ ਉਦਦਾ ਦੇ ਕੇ ਨਵਾਜਿਆ ਸੀ ਠੀਕ ਹੈ ਤਾਂ ਉਸ ਤੋਂ ਇਹ ਸੰਤੁਸ਼ਟ ਸੀ ਇਹਨਾਂ ਦੀ ਸਹਿਮਤੀ ਸੀ ਉਹਦੇ ਵਿੱਚ ਇਹਨਾਂ ਨੂੰ ਪਹਿਲਾਂ ਦੇ ਏਡੀ ਪਤਾ ਨਹੀਂ ਸੀਗਾ ਜੀ ਪਰ ਭਾਜੀ ਜਦੋਂ ਕੌਮ ਦਾ ਫੈਸਲਾ ਹੋਵੇ ਉਹਦੇ ਤੇ ਵੇਖੋ ਕਿਸੇ ਨੂੰ ਵੀ ਨਿਉਣਾ ਪੈਂਦਾ ਵਾ ਇਹਦੇ ਇਹ ਨਹੀਂ ਸੀ ਇਹ ਚਾਉਂਦੇ ਕੋਈ ਵੀ ਵੀ ਜਾਨੀ ਮੈਂ ਬਣਾ ਬਾਕੀ ਕੌਮ ਦੇ ਫੈਸਲੇ ਅੱਗੇ ਤੇ ਹਰ ਇੱਕ ਨੂੰ ਨਿਉਣਾ ਪੈਂਦਾ ਜੀ ਹੈਨਾ ਠੀਕ ਹੈ ਜੀ ਇਹਨਾਂ ਨੂੰ ਇਸ ਤੋਂ ਪਹਿਲਾਂ ਕੋਈ ਪਤਾ ਨਹੀਂ ਸੀਗਾ ਜੀ ਜੀ 22 ਜਨਵਰੀ 2004 ਨੂੰ ਇਹਨਾਂ ਦੁਆਰਾ 90 ਫੁੱਟ ਦੀ ਜੇਲ ਬ੍ਰੇਕ ਕੀਤੀ ਜਾਂਦੀ ਹੈ 90 ਫੁੱਟ ਦੀ ਸਰੰਗ ਪੁੱਟੀ ਜਾਂਦੀ ਹੈ ਜੇਲ ਤੋੜ ਕੇ ਭੱਜ ਜਾਂਦੇ ਨੇ ਉਹ ਡੇਢ ਸਾਲ ਬਾਅਦ ਚਾਹੇ ਪੁਲਿਸ ਫੇਰ ਗ੍ਰਿਫਤਾਰ ਕਰ ਲੈਂਦੀ ਹੈ ਕਿ ਤੁਸੀਂ ਉਹਨਾਂ ਦੇ ਨਾਲ ਰਹੇ ਹੋ ਕਿ ਇਹ ਸਪੋਰਟਸ ਕਰਦੇ ਸੀ ਤਾਂਸ ਕਰਕੇ ਇਹਨਾਂ ਨੇ ਜਿਹੜਾ 90 ਫੁੱਟ ਦੀ ਜਿਹੜੀ ਆ ਉਹ ਸਰੰਗ ਪੁੱਟ ਲਈ ਆ ਇੰਨੀ ਜਾਨ ਸੀ ਜਾਨ ਤੇ ਬਾਜੀ ਉਹਦੇ ਵਿੱਚ ਕੋਈ ਸ਼ੱਕ ਨਹੀਂ ਸੀਗੀ ਦੋ ਬੰਦਿਆਂ ਦੀ ਨਹੀਂ ਜਾਨ ਸੀ ਬਾਕੀ ਗੁਰੂ ਗੁਰੂ ਸਾਹਿਬ ਉਹਦੇ ਅੰਗ ਸੰਗ ਰਹਿੰਦੇ ਆ ਇੰਨੀ ਪਾਠ ਪੂਜਾ ਵਾਲਾ ਬੰਦਾ ਉਹਦੇ ਲਈ ਕੋਈ ਔਕੜ ਨਹੀਂ ਆ ਉਹਦੇ ਅੱਗੇ ਬਾਕੀ ਵੇਖੋ ਕਿੰਨਾ ਤਸ਼ੱਦਦ ਹੋਇਆ ਬੰਦਾ ਡੋਲ ਜਾਂਦਾ ਉਹਨੂੰ ਗੁਰੂ ਤੇ ਵਿਸ਼ਵਾਸ ਸੀ ਮੂੰਹ ਆਏ ਨਹੀਂ ਕਹਿੰਦਾ ਹੀ ਹਾਂ ਉਹਦੇ ਮੈਂ ਤੁਹਾਨੂੰ ਦੱਸਦਾ ਨਾ ਵੀ ਉਹਦੇ ਗੁਰੂ ਸੰਗ ਅੰਗ ਸੰਗ ਰਹਿੰਦੇ ਆ ਉਹਦੀ ਹਫਾਜ਼ਤ ਕਰਦੇ ਆ ਉਹਦੇ ਲਈ ਕੋਈ ਵੀ ਔਕੜ ਨਹੀਂ ਉਹਦੇ ਰਾਹ ਜਾ ਸਕਦੀ ਜਦੋਂ ਤੁਸੀਂ ਉਹਨਾਂ ਨਾਲ ਮੁਲਾਕਾਤ ਕਰਕੇ ਆਏ ਹੋ ਤੇ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਉਹਨੂੰ ਲੈ ਕੇ ਉਹਨਾਂ ਦੀ ਕੀ ਰਾਏ ਹੈ ਕੀ ਕਹਿਣਾ ਚਾਹੁੰਦੇ ਹੋ ਰਾਏ ਤੇ ਭਾਜੀ ਉਹਦੀ ਉਹਨਾਂ ਦੀ ਇਹੋ ਹੀ ਆ ਵੀ ਜਾਨੀ ਕਿ ਉਹਨਾਂ ਨਸੀਹਤਾਂ ਹੀ ਦਿੰਦੇ ਸਾਨੂੰ ਸਦਾ ਹਦਾਇਤਾਂ ਹੀ ਕਰਦੇ ਆ ਇਸ ਬੰਦੇ ਨੂੰ ਵੀ ਜਾਨੀ ਆ ਹਦਾਇਤਾਂ ਤੇ ਇਹੋ ਹੀ ਆ ਜਨਤਾ ਤੰਗ ਨਾ ਹੋਵੇ ਠੀਕ ਆ ਸ਼ਾਂਤੀ ਨਾਲ ਆਪਣਾ ਮੋਰਚਾ ਜਿਹੜਾ ਚਲਾਓ ਤੇ ਇਹ ਨਾ ਪੰਜਾਬ ਦੇ ਹਾਲਾਤਾਂ 'ਚ ਕੋਈ ਇਹੋ ਜਿਹੀ ਗੜਬੜ ਹੋਈ ਆਵੇ ਕੋਈ ਕੋਈ ਸਰਕਾਰ ਨੂੰ ਮੌਕਾ ਮਿਲ ਜੇ ਕਿ ਆਮ ਬੱਚਿਆਂ ਦੇ ਸੰਤੁਸ਼ਧਤ ਨਾ ਕਰੇ ਸਰਕਾਰ ਕੋਸ਼ਿਸ਼ੀ ਖਾਗੂਆ ਵੱਲੋਂ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਸਰਕਾਰਾਂ ਨੂੰ ਕਿ ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਇਆ ਤੇ ਉਹਨੂੰ ਜਿਹਦੀ ਸਜ਼ਾ ਕੰਪਲੀਟ ਹੋ ਚੁੱਕੀ ਹੈ ਖਤਮ ਹੋ ਚੁੱਕੀ ਹੈ ਉਸ ਨੂੰ ਜਿਹੜਾ ਰਿਹਾ ਕਰ ਦੇਣਾ ਚਾਹੀਦਾ ਭਾਈ ਸਾਹਿਬ ਇਸ ਨੂੰ ਲੈ ਕੇ ਕੀ ਗੱਲ ਕਹਿੰਦੇ ਨੇ ਬੜੀ ਮੇਰੇ ਨਾਲ ਇਸ ਟਾਪਿਕ ਤੇ ਕਦੇ ਕੋਈ ਗੱਲ ਨਹੀਂ ਹੋਈ ਉਹਨਾਂ ਦੇ ਵੈਸੇ ਆਪਣਾ ਜਿਹੜਾ ਮੋਰਚਾ ਉਹ ਸਿੱਖ ਕੈਦਿਆਂ ਤੇ ਦੂਜੇ ਮੰਗਾ ਬਾਰੇ ਲਾਇਆ ਬਾਕੀ ਜੇ ਕੋਈ ਛੱਡ ਵੀ ਦੇਣ ਦੂਜੇ ਆਪਣੇ ਕੈਦਿਆਂ ਤੇ ਕੋਈ ਗੁਨਾਹ ਨਹੀਂ ਆ ਜੇ ਬਾਕੀ ਧਰਮਾਂ ਦੇ ਲੋਕਾਂ ਦੇ ਵੀ ਸਜ਼ਾ ਪੂਰੀਆਂ ਹੋਈਆਂ ਉਹ ਵੀ ਇਨਸਾਨ ਨੇ ਠੀਕ ਆ ਜੀ ਸਜ਼ਾ ਕੱਟ ਕੇ ਵੀ ਕਿਉਂ ਕੋਈ ਅੰਦਰ ਰਵੇ ਹਾਂ ਭਾਈ ਸਾਹਿਬ ਤੇ ਇੰਨੇ ਦਰਿਆ ਦੇ ਲਿਆ ਉਹਨਾਂ ਦਾ ਕੋਈ ਮੈਂ ਤੇ ਇਹ ਹੋਈ ਆ ਵੀ ਉਹ ਕਦੀ ਨਹੀਂ ਸੋਚ ਸਕਦੇ ਕਿ ਇਹ ਧਰਮ ਦੇ ਵਿਰੁੱਧ ਧਰਮ ਵਿਰੁੱਧ ਨਾ ਪਹਿਲਾਂ ਸੀਗੇ ਉਹ ਕਿਸੇ ਦੇ ਨਾ ਅੱਜ ਨੇ ਠੀਕ ਆ ਨਾ ਜੀ ਅਸੀਂ ਇੱਕੋ ਥਾਲੀ ਦੇ ਵਿੱਚ ਸਾਰੇ ਮੁੰਡੇ ਕੋਈ ਕਿਸੇ ਕੌਮ ਦਾ ਕਿਸੇ ਦਾ ਅਸੀਂ ਇੱਕੋ ਥਾਲੀ 'ਚ ਹੀ ਰੋਟੀ ਖਾਂਦੇ ਰਹੇ ਆ ਤੇ ਕੌਮਾ ਵਰਤੀ ਤੇ ਉਹਨਾਂ ਦੇ ਵਿਚਾਰ ਸਾਰੇ ਵਧੀਆ ਜੀ ਕੋਈ ਇਹੋ ਜੀ ਗੱਲ ਨਹੀਂ ਆ ਤਾਂ ਤੁਸੀਂ ਮੋਰਚੀ ਦੇ ਵਿੱਚ ਕਿੰਨਾ ਕੁ ਸਮਾਂ ਦੇ ਰਹੇ ਹੋ ਮੇਰ ਕੋ ਭਾਈ ਜਿੰਨਾ ਵਾਸੋ ਵਾਦ ਹੋਵੇ ਮੈਂ ਇੱਕ ਅੱਧੀ ਰਾਤ ਕੱਟਣਾ ਹੁੰਨਾ ਪਿੰਡ ਜਦੋਂ ਮੇਰਾ ਵੀ ਜਾਨੀ ਕਪੜੇ-ਕਪੜੇ ਧੋਣ ਵਾਲੇ ਹੋ ਜਾਣ ਉਹ ਦਿਨ ਮੈਂ ਰਾਤ ਉਹਨਾਂ ਦਿਨੇ ਚੱਲ ਜਾਣਾ ਵੀਰੇ ਹਾਂ ਜਦੋਂ ਦਾ ਮੋਰਚਾ ਲੱਗਾ ਮੈਂ ਉੱਥੇ ਹੀ ਆ ਜੀ ਕੀ ਭੂਮਿਕਾ ਰੈਂਦੀ ਤੁਹਾਡੀ ਮੋਰਚੇ ਦੇ ਵਿੱਚ ਮੇਰੀ ਕੋਈ ਨਹੀਂ ਇਹ ਮੇਰੀ ਭੂਮਿਕਾ ਸਿਰਫ ਵਾਚ ਕਰਦਾ ਮੈਂ ਜਨਤਾ ਨੂੰ ਕੋਈ ਗਲਤ ਗੱਲ ਨਾ ਹੋਵੇ ਕੋਈ ਸਾਡਾ ਬੰਦਾ ਕੋਈ ਗਲਤ ਨਾ ਫਾਇਦਾ ਲੈ ਰਿਹਾ ਹੋਵੇ ਮੋਰਚੇ ਦਾ ਠੀਕ ਆ ਜੀ ਉਹਨਾਂ ਬੰਦਿਆਂ ਤੇ ਸਾਡੀ ਨਿਗਾਹ ਰਹਿੰਦੀ ਆ ਵੀ ਕਿਹੜਾ ਕੀ ਕਰਦਾ ਉਹ ਆਪਾਂ ਉਹਦਾ ਬਾਰੇ ਉਹਨਾਂ ਦੇ ਮੁਲਾਕਾਤੀ ਨੂੰ ਦੱਸਣਾ ਹੁੰਦਾ ਜੀ ਆਪਣਾ ਵੀ ਜਾ ਕੇ ਆ ਮੈਸੇਜ ਦੇ ਦੇ ਕੀ ਲੱਗਦਾ ਕਿ ਜਿੰਨੀ ਦੇਰ ਤੱਕ ਸਰਕਾਰ ਨਹੀਂ ਸੁਣਦੀ ਉਨੀ ਦੇਰ ਤੱਕ ਇਹ ਮੋਰਚਾ ਜਾਰੀ ਰਹੇਗਾ ਕਿਉਂਕਿ ਪਿਛਲੇ ਦਿਨੀ ਕੇਂਦਰ ਸਰਕਾਰ ਨੇ ਇੱਕ ਐਲਾਨ ਵੀ ਕੀਤਾ ਸੀ ਕਿ ਜਿੰਨੇ ਵੀ ਸਿੱਖ ਕੈਦੀ ਨੇ ਬੰਦੀ ਸਿੱਖ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇਗਾ ਹਾਂਜੀ 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 ਵੀਰ ਜੀ ਮੋਰਚਾ ਤੇ ਅਸਥਾਈ ਰੂਪ ਤੇ ਲੱਗਾ ਵੀ ਚੱਲੂਗਾ ਜੀ ਜਿੰਨਾ ਚਿਰ ਸਾਡੇ ਬੰਦੇ ਨਹੀਂ ਬਾਹਰ ਆਉਂਦੇ ਤੇ ਕੇਂਦਰ ਚਲੋ ਕੇਂਦਰ ਨੂੰ ਵੀ ਲੈਣਾ ਹੀ ਪੈਣਾ ਨੋਟਿਸ ਇੱਕ ਦਿਨ ਠੀਕ ਆ ਨਾ ਜੀ ਤੇ ਬਾਕੀ ਉਹਨਾਂ ਚਿਰ ਚੱਲੂਗਾ ਜਿੰਨਾ ਚਿਰ ਸਾਡੇ ਬੰਦੇ ਨਹੀਂ ਬਾਹਰ ਆਉਂਦੇ ਠੀਕ ਆ ਜੀ ਪਰ ਪੈਸਾ ਸਿੱਖ ਸੰਗਤ ਨੂੰ ਕੀ اپیل ਕਰਨਾ ਚਾਹੁੰਦੇ ਮੈਂ ਤੇ ਸਾਰਿਆਂ ਨੂੰ ਇਹ ਸਿੱਖ ਸੰਗਤ ਕੱਲੀ ਸਿੱਖ ਸੰਗਤ ਨੂੰ ਨਹੀਂ ਪੂਰੇ ਪੰਜਾਬ ਨੂੰ ਜਿਹਦੇ ਸਾਰੇ ਮਜਬੂਂਦੇ ਆ ਸਾਰਿਆਂ ਨੂੰ ਕਹਿਣਾ ਵੀ ਵੱਧ ਚੜ ਕੇ ਹਿੱਸਾ ਲਾਓ ਆ ਕੇ ਇਸ ਮੋਰਚੇ ਤੇ ਤੇ ਆਪਾਂ ਇਨਸਾਫ ਲਈਏ ਕੱਲੇ ਸਿੱਖਾਂ ਦਾ ਨਹੀਂ ਆ ਇਹ ਸਾਰਿਆਂ ਇੱਕ ਪੰਜਾਬ ਦਾ ਮੋਰਚਾ ਆਇਆ ਹੈ ਤੇ ਇਨਸਾਫ ਮਿਲ ਜੇ ਸਾਡੀ ਮੁਕਾਮ ਨੂੰ ਇਰਤੋਂ ਵੱਡਈ ਕੋਈ ਗੱਲ ਨਹੀਂ ਆ ਜੀ ਤੇ ਮੈਂ ਸਿੱਖ ਸੰਗਤ ਨੂੰ ਇਹੋ ਅਪੀਲ ਕਰਦਾ ਵੀ ਵੱਧ ਛੱਡ ਕੇ ਆਪ ਵੀ ਆਉਣ ਦੂਜੇ ਧਰ ਮੰਨ ਵੀ ਲੈ ਕੇ ਆਉਣ ਧੰਨਵਾਦ ਜੀ ਸੋ ਇਹ ਸੰ ਸਾਡੇ ਨਾਲ ਭਾਈ ਜਗਤਾਰ ਸਿੰਘ ਹਵਾਰਾ ਦੇ ਮਿੱਤਰ ਜਿਨ੍ਹਾਂ ਨੇ ਉਹਨਾਂ ਦੇ ਨਾਲ 2 ਸਾਲ ਦੇ ਕਰੀਬ ਦਾ ਸਮਾਂ ਬਤੀਤ ਕੀਤਾ ਹੈ ਤੇ ਹੁਣ ਵੀ ਇੰਨਾ ਦੁਬਾਰਾ ਉਹਨਾਂ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਸੋ ਇਹਨਾਂ ਨੇ ਵੀ ਸਰਕਾਰ ਦੇ ਅੱਗੇ ਅਪੀਲ ਕੀਤੀ ਹੈ ਕਿ ਜੋ ਬੰਦੀ ਸੇਕ ਅਤੇ ਹੋਰ タルਮਾ ਦੇ ਲੋਕ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਉਹਨਾਂ ਨੂੰ ਹੁਣ ਰਿਹਾ ਕਰ ਦੇਣਾ ਚਾਹੀਦਾ ਹੈ ਸੋ ਤੁਸੀਂ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਜੁੜੇ ਹੋਏ ਸੀ ਸ੍ਰੀ ਅਮਰਿਤਸਰ ਸਾਹਿਬ ਤੋਂ ਪ੍ਰਦੀਪ ਅਰੋੜਾ